बहुत बहुत धन्यवाद जी। सुरजना मोर लग गई विजय ते, हुण मनोज पर जान तो कोई नहीं रोक सकता। यार जिस घड़ी दी मैं इन्ने दिनों तो उड़ीक कर रहा सी, हुण मेरे हत्था च ते मैनूं यकीन ही नहीं हो रहा। बस थोड़े दिन होर इलमा ताई ते जरीना नूं मिलन लई। मैं ताया जी ते इलमा ताई नूं मिलवा के रवांगा। जरीना तू जिहड़ी भी मुसीबत चा, मैं आ रहा सारियां मुसीबतां हल करन उस पार। मैं तेरे मुल्क आ रहा जरीना। सुनियो जी, फारूक भाई जान तुसा इत्थे आओ आओ अंदर आओ। आपा तां कुछ सुनी नहीं रहे। असानु पता है कीवे सुनंगे, उन्हें दस दिया। अमन भाई जान तुसा इत्थे कीवे? तांदी खाला जी क्या होता नाम लेन तो वैसे आपा एक गलता है, आज तो सा कुछ ज्यादा ही खुश नजर आ रहे हो। जीवे तो सा दिल तो खुश हो वो अजय की गल है? गल की है ये तो पता नहीं, लेकिन हाँ आज ना दिल अंदर बहुत ही ज्यादा खुश है। और उस सुकून के बारे ना असा थानू दस भी नहीं पा रहे हैं। इंज लग रहा है जिवें असां दी कीती हुई दुआ अल्लाह मियां ने कबूल कर दित्ती होगी। असां नूं तां तुसा कहंदे हो कि अमन भाई जान दा नां वी ना लईए तुसा अगे, तां हुण कीवें अमन भाई जान दा नां सुणदे नस्से आ गए बूहे तक वेखण। इक गल सच्ची दसना आपां, फारूक भाई जान दा नहीं बल्कि अमन भाई जान दा नां लैण नाल सुणिया तुसा, इसका मतलब दिमाग से अमन भाई जान ही चल रहे ने ते दिल दा सानू पता नहीं। तू ना शैतान दी खाला, तेनू ते मैं ना तेनू आज मैं छड़ना नहीं। असा ने की कीता है, किन्नी देर ते वेख रिया, पता नहीं तुसा केड़े ख्याल च खोयो। असा किन्नी आवाजा लगाईया तुसा सुनिया ही नहीं। असा ता फारूक भाई जान दा नाम भी लिता पर तुसा ओ भी नहीं सुनिया। पर जिवे असा अमन भाई जान दा नाम लिया तुसा ता पच्चे पच्चे बूहे कोल ही आ गए उन्हां नू वेखण, जीने वो सच्ची हुए थे खड़े हो। तू ना अपने बकबक बंद कर। असानो क्यों मार रहे हो? तू असानो क्यों मार रहे हो? क्योंकि ऐसी अमन भाई जान दा नाल लेता है इस करके? नहीं, असान दे रेशम दे धागे खराब कर देते इसलिए। सतनाम श्री वाहे गुरु, सतनाम श्री वाहे गुरु। ए सच्चे पातशाह, बस इदा ही अपना मेहर भरिया हाथ साढ़े ते रखियो। तुहाडी कृपा नाल अज अमन दा वीजा लग गया है। बस हुण इलमा भैण जी नूं भी मिला दिओ ਤਾਂ ਜੋ ਸਾਡੇ ਘਰ ਦੇ ਵਿੱਚ ਫਿਰ ਤੋਂ ਖੁਸ਼ੀਆਂ ਆ ਜਾਣ, ਅਤੇ ਜੋ ਅੰਮ੍ਰਿਤ ਨਾਲ ਅਸੀਂ ਝੂਠ ਬੋਲਿਆ ਹੈ ਉਸ ਲਈ ਸਾਨੂੰ ਮਾਫ਼ ਕਰਨਾ। ਸਤਿਨਾਮ ਸੱਚੇ ਪਾਤਸ਼ਾਹ। ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਜੋ ਵਾਅਦਾ ਮੈਂ ਆਪਣੇ ਤਾਇਆ ਜੀ ਨਾਲ ਕੀਤਾ ਸੀ ਉਹਨੂੰ ਪੂਰਾ ਕਰਨ ਲਈ ਨਾ ਤੁਸੀਂ ਮੈਨੂੰ ਕਾਬਲ ਬਣਾਇਆ।
ਤੁਸੀਂ ਨਾ ਆਪਣਾ ਹੱਥ ਇੱਦਾਂ ਹੀ ਮੇਰੇ ਤੇ ਰੱਖਿਓ ਤੇ ਇਲਮਾ ਤਾਈ ਨੂੰ ਲੱਭਣ ਵਿੱਚ ਮੇਰੀ ਮਦਦ ਕਰੋ। ਬਾਪੂ ਇਹ ਦਿਆਲ ਸਿਆਂ ਦਾ ਕੁਛ ਕਰਨਾ ਪੈਣਾ, ਇਹ ਤਾਂ ਸਾਡੇ ਖਹਿੜੇ ਹੀ ਪੈ ਗਿਆ। ਜਦੋਂ ਦੀ ਮਿਲਾਵਟੀ ਦੁੱਧ ਦੀ ਰਿਪੋਰਟ ਆਈ ਹੈ ਨਾ, ਉਹਦਾ ਗੁਰਜੰਟ ਸਿੰਘ ਨੂੰ ਲੱਭਦਾ ਫਿਰਦਾ। ਹੁਣ ਤਾਂ ਇਹ ਵੀ ਪਤਾ ਲੱਗ ਗਿਆ ਕਿ ਰਿਪੋਰਟ ਆਪਾਂ ਬਦਲਵਾਈ ਸੀ। ਗੁਰਜੰਟ ਸਿੰਘ ਦੇ ਘਰੇ ਵੀ ਗਿਆ ਸੀ ਗੇੜਾ ਮਾਰਨ। ਮੈਂ ਤਾਂ ਇਹ ਵੀ ਸੁਣਿਆ ਕਿ ਉਹਨੂੰ ਇਹ ਵੀ ਪਤਾ ਕਿ ਉਹਦੀ ਗੱਡੀ 'ਚ ਚੂਹੇ ਵੀ ਅਸੀਂ ਰੱਖੇ ਸੀ। ਬਾਪੂ ਜਿੱਦਾਂ ਇਹ ਨਹਾ ਧੋ ਕੇ ਸਾਡੇ ਪਿੱਛੇ ਪਏ ਆ ਨਾ, ਤਾਂ ਮੈਨੂੰ ਲੱਗਦਾ ਇਹਨੂੰ ਛੇਤੀ ਕੁਛ ਪਤਾ ਲੱਗ ਜਾਣਾ। ਆਪਾਂ ਨੂੰ ਛੇਤੀ ਤੋਂ ਛੇਤੀ ਇਹਦਾ ਕੁਛ ਕਰਨਾ ਪੈਣਾ। ਆਪਾਂ ਇੱਦਾਂ ਹੱਥ 'ਤੇ ਹੱਥ ਰੱਖ ਕੇ ਨਹੀਂ ਬੈਠ ਸਕਦੇ। ਹੁਣ ਮੈਨੂੰ ਪਤਾ ਹੈ ਕਿ ਸਾਡਾ ਇਸ ਤਰ੍ਹਾਂ ਹੱਥ 'ਤੇ ਹੱਥ ਧਰ ਕੇ ਬਹਿਣਾ ਠੀਕ ਨਹੀਂ ਹੈ, ਪਰ ਜਦੋਂ ਤੱਕ ਲਵਲੀ ਦਾ ਵਿਆਹ ਨਹੀਂ ਹੋ ਜਾਂਦਾ, ਉਹਦੇ ਵਿਆਹ ਤੱਕ ਮੈਂ ਕੋਈ ਵੀ ਰੱਫੜ ਨਹੀਂ ਚਾਹੁੰਦਾ। ਦਿਆਲ ਨੂੰ ਤਾਂ ਮੈਂ ਕਦੋਂ ਦਾ ਠਿਕਾਣੇ ਲਾ ਚੁੱਕਿਆ ਹੁੰਦਾ। ਕੋਈ ਨਹੀਂ, ਤੂੰ ਚਿੰਤਾ ਨਾ ਕਰ, ਵਿਆਹ ਨੂੰ ਬਸ ਚੰਗੀ ਤਰ੍ਹਾਂ ਨਿਬੜ ਜਾਣ ਦੇ। ਦਿਆਲ ਨੂੰ ਤਾਂ ਮੈਂ ਆਪੇ ਵੇਖ ਲਊਂ, ਲਾ ਲਵੇ ਜਿੰਨਾ ਜ਼ੋਰ ਲਾਉਣਾ ਉਹਨੇ, ਉਹਦੇ ਹੱਥ ਕੁਝ ਨਹੀਂ ਆਉਣਾ। ਪੁੱਤਰਾ, ਦੁਸ਼ਮਣ ਨੂੰ ਥੱਲੇ ਲਾਉਣ ਲਈ ਉਹਦੀ ਤਾਕਤ ਵੱਲ ਘੱਟ ਤੇ ਕਮਜ਼ੋਰੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ। ਦਿਆਲ ਸਿੰਘ ਤੇ ਅਮਨ ਦੀ ਕੋਈ ਨਾ ਕੋਈ ਕਮਜ਼ੋਰੀ ਤਾਂ ਫੜਨੀ ਪੈਣੀ ਹੈ, ਫਿਰ ਸਾਰੀ ਖੇਡ ਆਪਣੇ ਹੱਥ 'ਚ ਹੋਊਗੀ। ਦਿਆਲ ਸਿੰਘ ਮੇਰੇ ਤੋਂ ਨਹੀਂ ਜਿੱਤ ਸਕਦਾ, ਉਹਦੇ ਟੱਬਰ ਨੂੰ ਬਰਬਾਦ ਕਰਨ ਲਈ ਸਾਨੂੰ ਕੁਛ ਤਾਂ ਸੋਚਣਾ ਪੈਣਾ ਹੈ। ਬਸ ਤੂੰ ਆਪਣੇ ਬੰਦਿਆਂ ਨੂੰ ਕਹਿ ਦੇ ਕਿ ਦਿਆਲ ਤੇ ਅਮਣੇ ਉੱਤੇ ਨਜ਼ਰ ਰੱਖਣ, ਕੋਈ ਨਾ ਕੋਈ ਦੁੱਖ ਦੀ ਰਗ ਤਾਂ ਫੜਨੀ ਪੈਣੀ ਹੈ ਇਹਨਾਂ ਦੀਆਂ ਚੀਖਾਂ ਕਢਾਉਣ ਲਈ। ਤੂੰ ਬਿਲਕੁਲ ਸਹੀ ਕਹਿ ਰਿਹਾ, ਇੱਕ ਵਾਰੀ ਲਵਲੀ ਦਾ ਵਿਆਹ ਨਿਬੜ ਲੈਣ ਦੇ, ਇਹਨਾਂ ਪਿਓ ਪੁੱਤਾਂ ਨੂੰ ਤਾਂ ਮੈਂ ਇਕੱਲਾ ਹੀ ਵੇਖ ਲਵਾਂ। ਬਾਪੂ ਜੀ, ਮੈਂ ਜੱਸੀ ਜੀ ਨਾਲ ਗੱਲ ਕਰਨੀ ਆ। ਮੈਂ ਉਹਨਾਂ ਨੂੰ ਧੰਨਵਾਦ ਕਹਿਣਾ ਚਾਹੁੰਦੀ ਸੀ। ਮਤਲਬ? ਇਸ 'ਚ ਮਤਲਬ ਵਾਲੀ ਕੀ ਗੱਲ ਹੈ? ਬਾਪੂ ਜੀ, ਅੱਜ ਮੇਰੀ ਮਹਿੰਦੀ ਆ ਨਾ, ਤਾਂ ਮੈਂ ਮਹਿੰਦੀ ਤੋਂ ਪਹਿਲਾਂ ਉਹਨਾਂ ਨੂੰ ਧੰਨਵਾਦ ਕਹਿਣਾ ਚਾਹੁੰਦੀ ਸੀ। ਅੱਜ ਉਹਨਾਂ ਨੇ ਮੇਰੀ ਪਸੰਦ ਦਾ ਮੈਨੂੰ ਕਿੰਨਾ ਸਾਰਾ ਸਮਾਨ ਦਵਾਇਆ ਬਾਜ਼ਾਰੋਂ। ਉਸ ਵੇਲੇ ਸਮਾਨ ਲੈਣ ਦੇ ਚੱਕਰ 'ਚ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਧੰਨਵਾਦ ਕਹਿਣਾ ਹੀ ਭੁੱਲ ਗਈ। ਮੈਂ ਉਹਨਾਂ ਨੂੰ ਹੁਣੇ ਫੋਨ ਕਰਕੇ ਆਉਂਦੀ ਹਾਂ। ਕਿਤੇ ਜਾਣ ਦੀ ਕੋਈ ਲੋੜ ਨਹੀਂ, ਸ਼ਾਮ ਨੂੰ ਉਹ ਆ ਰਹੇ ਆ ਨਾ ਮਹਿੰਦੀ ਦੇ ਰਸਮ ਵਾਸਤੇ, ਉਦੋਂ ਕਹਿ ਲਈ ਜੋ ਕਹਿਣਾ। ਵੈਸੇ ਵੀ ਤੇਰਾ ਵਿਆਹ ਤਾਂ ਘਰੋਂ ਨਿਕਲਣਾ ਬੰਦ ਹੈ। ਬਾਪੂ ਜੀ, ਜਾ ਲੈਣ ਦਿਓ ਨਾ, ਉਹਨਾਂ ਨੇ ਕਿੰਨਾ ਕੁਛ ਕੀਤਾ ਮੇਰੇ ਲਈ। ਮੇਰਾ ਇੱਕ ਧੰਨਵਾਦ ਕਹਿਣਾ ਤਾਂ ਬਣਦਾ ਹੀ ਆ ਨਾ, ਉਹਨਾਂ ਨੂੰ ਕਿੱਦਾਂ ਦਾ ਲੱਗੂਗਾ? ਉਹਨਾਂ ਨੇ ਕਹਿਣਾ ਇਹਨਾਂ ਦੀ ਕੁੜੀ ਨੂੰ ਤਾਂ ਅਕਲ ਹੀ ਨਹੀਂ, ਨਾਲੇ ਫਿਰ ਮੇਰਾ ਵੀ ਚਿੱਤ ਖਰਾਬ ਹੋ ਜਾਣਾ। ਤੇ ਤੁਹਾਨੂੰ ਚੰਗਾ ਲੱਗੂਗਾ, ਮਹਿੰਦੀ ਵਾਲੇ ਦਿਨ ਤੁਹਾਡੀ ਧੀ ਉਦਾਸ ਬੈਠੇ, ਨਾਲੇ ਤੁਹਾਡੇ ਜਵਾਈ ਨੇ ਵਿਆਹ ਤੋਂ ਬਾਅਦ ਤੁਹਾਡੀ ਧੀ ਨੂੰ ਮੇਨੇ ਮਾਰ ਮਾਰ ਕੇ ਮਾਰ ਦੇਣਾ। ਬਾਪੂ ਜੀ, ਮੈਂ ਤਾਂ ਰੋ ਰੋ ਕਮਲੀ ਹੋ ਜੂੰਗੀ। ਨਾਲੇ ਸ਼ਾਮ ਤੱਕ ਜੇ ਜੱਸੀ ਦਾ ਵੀ ਚਿੱਤ ਖਰਾਬ ਹੋ ਗਿਆ, ਫਿਰ ਉਹ ਦਿਨ ਭਰ ਸੋਚਦੇ ਰਹਿਣਗੇ ਤੇ ਰਾਤ ਤੱਕ ਤਾਂ ਗੁੱਸਾ ਸਿਰ ਤੱਕ ਚੜ੍ਹ ਜਾਣਾ। ਨਾਲੇ ਮਹਿੰਦੀ ਵੇਲੇ ਤਾਂ ਸਾਨੂੰ ਟਾਈਮ ਵੀ ਨਹੀਂ ਮਿਲਿਆ ਇੱਕ ਦੂਜੇ ਨਾਲ ਗੱਲ ਕਰਨ ਦਾ। ਹੁਣ ਜਾ ਲੈਣ ਦਿਓ ਨਾ, ਮੈਂ ਫੋਨ ਕਰੂੰਗੀ ਤਾਂ ਉਹਨਾਂ ਨੂੰ ਤੇ ਉਹਨਾਂ ਦੇ ਟੱਬਰ ਨੂੰ ਕਿੰਨਾ ਚੰਗਾ ਲੱਗੂਗਾ। ਉਹਨਾਂ ਨੇ ਕਹਿਣਾ ਸਾਡੀ ਨੂੰ ਕਿੰਨੀ ਸਿਆਣੀ ਆ, ਨਹੀਂ ਤਾਂ ਸਾਰੀ ਉਮਰ ਮੇਰੇ ਹੀ ਮਿਲਣਗੇ ਸੁਣਨ ਨੂੰ। ਚੰਗਾ, ਚਲੀ ਜਾ। ਰਾਜੂ, ਤੂੰ ਵੀ ਨਾਲ ਚਲਾ ਜਾ, ਵਿਆਹ ਵਾਲੀ ਕੁੜੀ ਦਾ ਇਕੱਲੇ ਘੁੰਮਣਾ ਠੀਕ ਨਹੀਂ। ਚੱਲ ਠੀਕ ਆ ਬਾਪੂ, ਚੱਲ। ਅਮਨ ਪੁੱਤ, ਇਹ ਕਾਗਜ਼ ਤੂੰ ਬੜੇ ਸੰਭਾਲ ਕੇ ਰੱਖਣੇ ਆ, ਗਲਤੀ ਨਾਲ ਵੀ ਅੰਮ੍ਰਿਤ ਦੇ ਹੱਥ ਨਹੀਂ ਲੱਗਣੇ ਚਾਹੀਦੇ। ਤੂੰ ਇੰਜ ਕਰੀ ਤੇ ਉਹਨੂੰ ਆਪਣੇ ਕਮਰੇ ਵਿੱਚ ਨਾ ਰੱਖੀ, ਤੇ ਮੇਰੇ ਕਮਰੇ ਵਿੱਚ ਜਿਹੜੀ ਅਲਮਾਰੀ ਹੈ ਨਾ, ਉਹਦੇ ਵਿੱਚ ਕਾਲਾ ਕੋਟ ਆ, ਉਹਦੀ ਜੂਬ ਜੇਬ ਦੇ ਵਿੱਚ ਲੁਕਾ ਕੇ ਰੱਖ ਦੇ, ਵੀ ਅੰਮ੍ਰਿਤ ਦੇ ਹੱਥ ਨਹੀਂ ਆਉਣਗੇ। ਬਾਪੂ ਜੀ, ਤੁਹਾਡੇ ਕਮਰੇ 'ਚ ਤਾਂ ਬੇਬੇ ਦੇ ਹੱਥ ਲੱਗ ਜਾਣ ਦਾ ਜ਼ਿਆਦਾ ਡਰ। ਹਾਂ, ਪਰ ਜਿੱਥੇ ਤੈਨੂੰ ਮੈਂ ਕਹਿ ਰਿਹਾ ਨਾ, ਉੱਥੇ ਨਹੀਂ ਆ। ਦਰਅਸਲ ਅੰਮ੍ਰਿਤ ਨੂੰ ਨਾ ਕਾਲਾ ਕੋਟ ਬਿਲਕੁਲ ਪਸੰਦ ਨਹੀਂ ਆ, ਤੇ ਮੈਨੂੰ ਪਸੰਦ ਸੀ। ਮੈਨੂੰ ਉਹਨੇ ਕਦੀ ਪਾਉਣ ਵੀ ਨਹੀਂ ਦਿੱਤਾ, ਤੇ ਕਦੀ ਉਹਨੂੰ ਉਹਨੇ ਬਾਹਰ ਵੀ ਨਹੀਂ ਸੁੱਟਿਆ।
वो मैं कभी उन्होंने हाथ तक नहीं लाने दिती। इस करके कह रहा वा कि तू उस काले कोट की जेब के लुकयो के रख दी, अमृत के हाथ नहीं लगेगा। ठीक है बापू जी, पर ना तुहाडा रिश्ता भी ना बहुत निराला है, कोई नू समझ ही नहीं सकता। चल ठीक है, हुण तू जा ते इनू छेती करके लुका दी। ठीक है बापू जी, तुसी घर नहीं आ रहे? नहीं, तू जा, मैं थोड़ी देर बाद आऊंगा। दरअसल गुरजंट सिंह का लभना बहुत जरूरी है। रिपोर्ट बदलने का सच सारे के सामने लिया गुरजंट सिंह का फड़िया जाना बहुत जरूरी है। जगतार ते राजू का सच भी सारे के सामने लाने वास्ते मैं छेती तो छेती उन्होंने लभना पैना। ठीक है जाओ तो मैं जल्दी आ जाऊंगा। ठीक है बापू जी, तुसी जाओ, मैं घर जाके कागज लुको दिना। हाँ ठीक है पुत। चल सुन सर। बीबिया की सेवा च लगी हुई है, यही मौका कागज लुका का। तू बेबे को अंदर ना आई, मैं छेती छेती कागज लुका क्या। ठीक है कोर्ट कितने आ जा, ए रख देना, बेबे के हाथ नहीं लगना चाहिए। बापू जी तुसी हर वेले उहदी हर गल क्यों मान लैंदे हो? उहनूं पता ना उहदा चंगी तरहां, हर वेले कोई ना कोई नवां ड्रामा करदी रहिंदी, नाले अमन दे घर जाके फोन करन दी की लोड़ है, उह साडे दुश्मन आ। पुत्रा तू नहीं समझदा, दुश्मन दीआं जड़ां पुट्टण लई उहदे कोल जाणा ही पैंदा है, वेखणा पैंदा है कि उह कहिड़ी मिट्टी ते खड़ा है। दयाल सिंह दे घर वी तूं इसे लई जा रहा है, आह तां वधिया हो गया के लवली ने तरीका सीधा ही दस दिता दयाल सिंह दे घर जाण दा, व्याह करके साडी पहरेदारी घट गई सी उहदे ते, अज जाके तां वेख उत्थे चलदा की पिया। दुश्मन ते अख रखनी पैंदी आ, हो सकदा कि आपां नूं कोई सूह मिल जाए कि दयाल सिंह दे दिल च की है। ठीक है चली चल। जिदा तुसी कहा सी ना ओदा ही बना दिता, तुहानू शीशियां वाला पतंग वाला दुपट्टा ही चाहिदा सी ना। आ वेखो ठीक है ना, बस थोड़ा जे रह गया वह भी पूरा कर देना। सोहना लग्या ना वीरे? जे हुण असां पतंग बना ही दित्ती है तां इसनूं पूरा कर दिंदे आ, इसदी डोर भी बना दिंदे आ। बहुत वधिया भैणे, तूं इहनूं पूरा कर दे। हाँ वीरे, बस जल्दी पूरा कर देना मैं। पता नहीं जरीना उस पार मेरे बारे सोचती भी होगी या नहीं, पर जे मैं उन्हें दस पाँगा कि मेरा वीज़ा लग गया है उस पार आने का तो उन्हें बड़ा खुश होना सी। उन्हें बहुत मेहनत की है सच्चे प्यार लिए, तो जो मैं उत्थे चला गया मैं पूरा यकीन है कि वह मेरा साथ देगी इस प्यार नूं पूरा करन। सुनियो जी, जरीना जी,
ਅਸਾਂ ਬਾਨੋ ਨੂੰ ਤਾਂ ਅਮਨ ਦਾ ਨਾਮ ਲੈਣ ਤੋਂ ਵੀ ਮਨਾ ਕਰ ਰਹੇ ਸਾਂ, ਪਰ ਅਸਾਂ ਖੁਦ ਵੀ ਤਾਂ ਉਸ ਬਾਰੇ ਇੰਨਾ ਸੋਚ ਹੀ ਰਹੇ ਹਾਂ ਨਾ। ਔਰ ਇਹ ਪਤੰਗ ਵੀ ਅਸਾਂ ਦੇ ਹੱਥੋਂ ਆਪ ਹੀ ਬਣ ਗਈ, ਸ਼ਾਇਦ ਇਸ ਲਈ ਕਿਉਂਕਿ ਅਸਾਂ ਦੇ ਜ਼ਿਹਨ ਦੇ ਕਿਸੇ ਕੋਨੇ ਦੇ ਵਿੱਚ ਅਮਨ ਤੇ ਉਸ ਨਾਲ ਜੁੜੀ ਉਸਦੀ ਪਤੰਗ, ਸ਼ਾਇਦ ਉਹ ਵੀ ਅਸਾਂ ਬਾਰੇ ਇੱਦਾਂ ਹੀ ਸੋਚਦਾ ਹੋਵੇਗਾ। ਅਸਾਂ ਦੋਵੇਂ ਜੋ ਇੰਨੇ ਕਰੀਬੀ ਦੋਸਤ ਬਣ ਗਏ ਸਾਂ, ਪਰ ਅਸਾਂ ਉਹਦਾ ਦਿਲ ਵੀ ਤਾਂ ਦੁਖਾਇਆ ਅਜਨਬੀ ਕਹਿ ਕੇ। ਸਾਨੂੰ ਤੁਸਾਂ ਦੀ ਕਿਸੇ ਵੀ ਤਰੀਕੇ ਦੀ ਕੋਈ ਵੀ ਮਦਦ ਦੀ ਜ਼ਰੂਰਤ ਨਹੀਂ ਹੈ। ਅਸਾਂ ਕਿਸੇ ਬਗਾਨੇ ਤੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਲੈਂਦੇ। ਪਰ ਅਸਾਂ ਦਾ ਰਿਸ਼ਤਾ ਇੰਜ ਜਿਵੇਂ ਦੇਵੇ ਦਾ ਲੋਹ ਦੇ ਨਾਲ, ਇਸ ਪਤੰਗ ਦਾ ਟੋਰ ਦੇ ਨਾਲ, ਸੱਚੇ ਪਿਆਰ 'ਚ ਯਕੀਨ ਰੱਖਣ ਵਾਲਾ ਸੱਚਾ ਦੋਸਤ ਹੈ ਇੱਕ ਅਜਨਬੀ ਦੋਸਤ। ਚਾਚੀ ਜੀ ਆ ਜਾ, ਲਵਲੀ ਧੀਏ ਇੱਥੇ ਮੇਰੇ ਕੋਲ ਹੀ ਆ ਜਾ, ਆ ਜਾ। ਓਏ ਲਵਲੀ, ਇੱਥੇ ਕੀ ਕਰਨਾ ਹੈ? ਇਹਦੇ ਕੋਈ ਪੰਗਾ ਤਾਂ ਨਹੀਂ ਪੈ ਗਿਆ? ਤੈਨੂੰ ਬਹੁਤ 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 ਵਧਾਈ ਹੋਵੇ, ਤੇਰੇ ਮੰਗਣੇ ਤੇ ਤਾਂ ਬੁੱਤ ਮੈਂ ਆ ਨਹੀਂ ਸਕੀ, ਪਰ ਰੱਬ ਤੈਨੂੰ ਸਦਾ ਖੁਸ਼ ਰੱਖ, ਭਾਗ ਲੱਗੇ ਰਹਿਣ ਤੇਰੇ ਘਰ ਨੂੰ। ਆ ਵੇਖ, ਤੇਰੇ ਦੋਸਤ ਨੇ ਨਵਾਂ ਕੰਮ ਸ਼ੁਰੂ ਕੀਤਾ, ਦਿੱਲੀ ਤੋਂ ਕੰਮ ਮਿਲਿਆ ਆ ਸ਼ੀਸ਼ੇ ਦੇ ਕਢਾਈ ਦੇ ਦੁਪੱਟਿਆਂ ਦਾ, 500 ਬਣਾ ਕੇ ਦੇਣੇ ਆ, ਬਾਅਦ 'ਚ ਫਿਰ ਹੋਰ ਬਣਾ ਕੇ ਦੇਣੇ ਆ। ਹਾਂਜੀ ਚਾਚੀ ਜੀ, ਦੱਸਿਆ ਸੀ ਅਮਨ ਨੇ ਮੈਨੂੰ। ਤੂੰ ਪੁੱਤ ਇੱਧਰ ਕਿੱਧਰ, ਤੇਰਾ ਤਾਂ ਵਿਆਹ ਧਰਿਆ ਹੋਇਆ। ਚਾਚੀ ਜੀ ਮੈਂ ਉਹਨਾਂ ਨੂੰ ਫੋਨ ਕਰਨ ਆਈ ਸੀ, ਕਰ ਲਵਾਂ? ਕਰ ਲੈ ਪੁੱਤ, ਤੇਰਾ ਘਰ, ਜਦ ਮਰਜ਼ੀ ਆ ਜਾ, ਇਹ ਕੋਈ ਪੁੱਛਣ ਵਾਲੀ ਗੱਲ ਹੈ? ਵਿਆਹ ਤੋਂ ਬਾਅਦ ਇਹੀ ਤੇਰੇ ਪੇਕੇ ਹੈ, ਜਾ ਕਰ ਲਾ। ਠੀਕ ਹੈ। ਓਏ ਹੁਣ ਹੋਰ ਕੁਝ ਕਰਨ ਨੂੰ ਤਾਂ ਨਹੀਂ ਕਹਿਣਾ ਹੀ, ਯਾਦ ਆ ਪਿਛਲੇ ਸਗਾਈ ਵਾਲੇ ਦਿਨ ਸਾਨੂੰ ਜਨਾਨੀ ਬਣਾਤਾ ਹੀ ਤੂੰ, ਪਰ ਹੁਣ ਕੀ ਪਤਾ ਕੀ ਬਣਾਓ। ਓਏ ਜੋ ਬਣਾਓ ਬਣਨਾ ਹੀ ਪੈਣਾ, ਦੋਸਤ ਆਪਣ ਉਹਦੇ ਨਾਲ ਵਾਅਦਾ ਕੀਤਾ ਕਿ ਉਹਦਾ ਸਾਥ ਨਹੀਂ ਛੱਡਾਂਗੇ, ਦੇਖਦੇ ਹਾਂ ਕੀ ਕਰਨ ਆਈਏ। ਮੈਂ ਤਾਂ ਹਰ ਕੋਸ਼ਿਸ਼ ਕਰ ਲਈ ਕਿ ਇਹਦਾ ਕੰਮ ਨਾ ਬਣੇ, ਪਰ ਇਹ ਲੋਕ ਇਹਦਾ ਸਾਥ ਦੇਣ ਤੋਂ ਹੀ ਹਟਦੇ। ਤੂੰ ਭਾਵੇਂ ਲੱਖ ਕੋਸ਼ਿਸ਼ ਕਰ ਲੈ, ਮੈਨੂੰ ਮੇਰੀ ਮੰਜ਼ਿਲ 'ਤੇ ਪਹੁੰਚਣ ਤੋਂ ਨਹੀਂ ਰੋਕ ਸਕਦਾ, ਕਿਉਂਕਿ ਬਾਬਾ ਜੀ ਦੀ ਮਿਹਰ ਆ ਮੇਰੇ 'ਤੇ। ਓ ਚਾਚੀ, ਸਾਨੂੰ ਵੀ ਚਾਹ ਪਿਆ ਦੇ। ਓ ਚੱਲ ਮੈਂ ਆਪ ਹੀ ਚੱਕ ਲੈਣਾ। ਚਾਚੀ ਆ ਕੁੜਤਾ ਪਾ ਲਾ। ਮੈਨੂੰ ਦਿਆਲ ਦੇ ਕਮਰੇ 'ਚ ਜਾਣਾ ਪੈਣਾ, ਹੋ ਸਕਦਾ ਉੱਥੇ ਕੋਈ ਕੰਮ ਦੀ ਚੀਜ਼ ਮਿਲ ਜਾਵੇ। ਇਹ ਗੁਰਜੰਟ ਨੂੰ ਲੱਭਣ ਲਈ ਕਰ ਕੀ ਰਿਹਾ, ਸ਼ਾਇਦ ਕੁਝ ਪਤਾ ਲੱਗ ਜਾਵੇ। ਚਾਚੀ ਮੈਂ ਅੰਦਰ ਜਾ ਕੇ ਬਦਲ ਲੈਣਾ।